ਦੇਖੋ ਮਜੀਠੀਆ ਜੀ ਕੋ ਪਤਾ ਕਿ ਪਹਿਲੇ ਉਨਕੀ ਪਾਰਟੀ ਕਾ ਸਾਰਾ ਕੁਛ ਤੈਅ ਹੋ ਚੁੱਕਾ ਹੈ, ਪੰਜਾਬ ਕੀ ਜਨਤਾ ਨੇ, ਦੇਸ਼ ਕੀ ਜਨਤਾ ਨੇ ਉਨਕਾ ਜੋ ਭਵਿਸ਼ ਹੈ ਉਸਕੋ ਤੈਅ ਕਰ ਦਿਆ ਥਾ 2017 ਕੇ ਚੁਣਾਵ ਮੇਂ, ਔਰ ਜਿਸ ਪ੍ਰਕਾਰ ਸੇ ਉਸ ਪਾਰਟੀ ਕੇ ਲੋਗੋਂ ਨੇ ਆਪਣੀ ਜ਼ਿੰਮੇਵਾਰੀ ਬੇਅਦਬੀ ਕੇ ਵਕਤ ਮੇਂ ਰੱਖੀ ਹੈ, ਗੁਰੂ ਸਾਹਿਬ ਕੀ ਬੇਅਦਬੀ ਕੇ ਵਕਤ ਮੇਂ, ਤੋ 2017 ਮੇਂ ਉਸ 17 ਮੇਂ ਉਸ ਪਾਰਟੀ ਕਾ ਜੋ ਭਵਿਸ਼ ਹੈ ਵੋ ਤੈਅ ਹੋ ਚੁੱਕਾ ਹੈ, ਤੋ ਉਨਕੋ ਆਪਣੀ ਪਾਰਟੀ ਕੀ ਚਿੰਤਾ ਕਰਨੇ ਕੀ ਜ਼ਰੂਰਤ ਹੈ, ਨਾ ਕਿ ਕਾਂਗਰਸ ਕੇ ਅਧਿਕਸ਼ ਯਾ ਕਾਂਗਰਸ ਕੀ ਕਾਰਗੁਜ਼ਾਰੀ ਕਰਨੀ।